ਵਿਦਿਆਲਨ ਖੋਲ ਕੇ ਕਿੱਥੋਂ ਲੈ ਜਾਂਦੇ ਇਹ ਕੰਨ ਤੱਕ ਇੱਥੇ ਨੇੜੇ ਕੰਨ ਤੱਕ ਜੀ ਥੱਲੇ ਹੱਟ ਮਾਰ ਕੇ ਲੜ ਪਿਛਲੇ ਇੱਕ ਤੋਂ ਥੱਲੇ ਦੂਜਾ ਤੋਂ ਥੱਲੇ ਤੀਜਾ ਲੜ ਨਾਲ ਨਾਲ ਕੂਣੀ ਸਿੱਧੇ ਕਰਦੇ ਹੋਏ ਅੰਦਰ ਇਸ ਪਾਸੇ ਇੱਥੇ ਜਿਹੜਾ ਕੰਨ ਹੈ ਕੰਨ ਨੂੰ ਅੰਗੂਠੇ ਦੇ ਨਾਲ ਸਿੱਧਾ ਰੱਖ ਕੇ ਲੜ ਮੋੜ ਕੇ ਫਿਰ ਇੱਥੋਂ ਦੀ ਲੜ ਜਿਹੜਾ ਹੈਗਾ ਮੋੜ ਕੇ ਅਤੇ ਇੱਥੇ ਲੜ ਖੋਲ੍ਹਣਾ ਚੌੜਾ ਕਰਕੇ ਉੱਪਰ ਦੀ ਘੁੰਮਾਉਣਾ ਥੱਲੇ ਲਿਜਾ ਕੇ ਗਰਦਨ ਤੱਕ ਕੰਨ ਮੂੰਹ ਢੱਕਦੇ ਹੋਏ ਸਭ ਤੋਂ ਥੱਲੇ ਇਹ ਚੌਥਾ ਲੜ ਹੈ ਲੜ ਨੂੰ ਸਿੱਧਾ ਤਾਂ ਕਲੇਮ ਕਰਦੇ ਹੱਥ ਦੇ ਨਾਲ ਜਿਹੜੇ ਲੜ ਉੱਪਰ ਨੇ ਉਹਨੂੰ ਅੰਦਰ ਐਡਜਸਟ ਕਰਦੇ ਨਾ ਇਸ ਲੜ ਨੂੰ ਸਿੱਧਾ ਇਸ ਲੜ ਨੂੰ ਸਿੱਧਾ ਇੱਥੋਂ ਦੀ ਲਿਜਾ ਕੇ ਪਲੇਨ ਕਰਕੇ ਆਹ ਲੜ ਦੇ ਬਰਾਬਰ ਉੱਪਰ ਦੀ ਲਿਜਾ ਕੇ ਪੱਗ ਦੇ ਹਾਸੇ ਵਾਲੇ ਲੜਾਂ ਨੂੰ ਪਿੱਛੇ ਕਰਕੇ ਇਹ ਲੜ ਨੂੰ ਘੁਮਾ ਕੇ ਇਸ ਲੜਾਂ ਦੇ ਮਗਰਲੇ ਪਾਸੇ ਸੈੱਟ ਕਰਨਾ ਆਹ ਦੇਖੋ ਇਸ ਆਹ ਜਿਹੜੇ ਲੜ ਹੈਗੇ ਨੇ ਇਹ ਲੜ ਦੇ ਪਿਛਲੇ ਪਾਸੇ ਬਿਲਕੁਲ ਪੈਰਲਰ ਸੈੱਟ ਕਰ ਦੇਣਾ ਫਿਰ ਆਹ ਪੱਗ ਨੂੰ ਬਾਕੀ ਨੂੰ ਪਿੱਛੇ ਕਰਕੇ ਆਹ ਲੜ ਦੇ ਨਾਲ ਨਾਲ ਆਹ ਸਾਰਾ ਲੜ ਇੱਥੇ ਕੰਨ ਵਾਲੇ ਹਿੱਸੇ ਤੱਕ ਪਾ ਦੇਣਾ ਫਿਰ ਤੁਸੀਂ ਆਪਣੀਆਂ ਜਿਹੜੀਆਂ ਤਿੰਨ ਚਾਰ ਉਂਗਲਾਂ ਹੈਗੀਆਂ ਨੇ ਇਹਨੂੰ ਪਾ ਕੇ ਦੇਖਣਾ ਵੀ ਇੱਥੇ ਜਗ੍ਹਾ ਹੈ ਬਣੀ ਹੋਈ ਉਦੋਂ ਬਾਅਦ ਮੇਨ ਜਿਹੜੀ ਪੱਗ ਇਹ ਲੜ ਇੱਥੇ ਆ ਗਿਆ ਇੱਥੇ ਤੱਕ ਲੜ ਆ ਗਿਆ ਮੁੜ ਕੇ ਜਿਹੜਾ ਤੁਰਲਾ ਲਾਉਣਾ ਤੁਰਲੇ ਨਹੀਂ ਤੁਸੀਂ ਫੜ ਕੇ ਆਪਣੇ ਦੋਵੇਂ ਅੰਗੂਠਿਆਂ ਦੇ ਨਾਲ ਵਿੱਚ ਵਲ ਪਾਉਣੇ ਨੇ ਬਰੀਕ ਬਰੀਕ ਵਲ ਪਾ ਕੇ ਤੁਰਲੇ ਇੱਥੇ ਦੇਖਣਾ ਵੀ ਬਰਾਬਰ ਆ ਗਿਆ ਤੁਹਾਨੂੰ ਆਹ ਚੀਜ਼ ਉਦੋਂ ਬਾਅਦ ਜਿਹੜਾ ਤੁਹਾਡਾ ਸੱਜਾ ਹੱਥ ਆ ਇਹ ਵਾਲਾ ਹੱਥ ਇਹਨੂੰ ਇੱਥੇ ਫੜ ਕੇ ਇਸ ਹੱਥ ਦੇ ਥੱਲੇ ਇਹ ਵਲ ਆ ਗਏ ਇਹ ਵਲਾਂ ਨੂੰ ਕੱਢ ਲੈਣਾ ਇਹ ਵਲਾਂ ਨੂੰ ਸਿੱਧੇ ਕਰ ਲੈਣਾ ਜੇ ਇਹ ਵਲ ਸਿੱਧੇ ਨਹੀਂ ਕਰਦੇ ਆਪਾਂ ਤਾਂ ਇਹ ਵਲ ਇੱਥੇ ਅੰਦਰ ਆਉਣ ਲੱਗੇ ਪ੍ਰੋਬਲਮ ਕਰਦੇ ਨੇ ਇਹ ਵਲ ਸਿੱਧੇ ਹੋ ਗਏ ਹੁਣ ਤਕਰੀਬਨ ਬੰਦੇ ਦੇ ਫੇਸ ਦੇ ਅਕੋਰਡਿੰਗਲੀ ਜਿੰਨਾ ਵੀ ਤੁਸੀਂ ਲੰਬਾ ਜਾਂ ਤੁਰਲਾ ਗੋਲ ਲਾਉਣਾ ਗੈਟ ਕੇ ਰੱਖ ਕੇ ਇੱਥੋਂ ਪੱਗ ਫੜ ਕੇ ਠੀਕ ਹੈ ਆਹ ਲੜ ਦੇ ਨਾਲ ਹੁਣ ਇੱਥੋਂ ਦੀ ਲੜ ਸ਼ੁਰੂ ਕਰਨਾ ਪਾਉਣ ਦੇ ਨਾਲ ਸਾਰਿਆਂ ਨੂੰ ਦਿੱਕਤ ਇੱਥੇ ਹੀ ਆਉਂਦੀ ਹੈ ਕਿ ਆਹ ਲੜ ਕਿਵੇਂ ਵਸਾਉਣਾ ਇਸ ਜਗ੍ਹਾ ਤੋਂ ਲੈ ਕੇ ਅੰਗੂਠੇ ਨਾਲ ਆਪਣੇ ਅੰਗੂਠੇ ਨਾਲ ਇੱਥੋਂ ਫੜ ਕੇ ਉਂਗਲਾਂ ਅੰਦਰ ਪਾ ਕੇ ਦੋ ਸੱਜੇ ਅੰਗੂਠੇ ਦੇ ਨਾਲ ਆਹ ਲੜ ਇੱਥੋਂ ਦੀ ਅੰਦਰ ਦੇਣਾ ਠੀਕ ਹੈ ਇੱਥੋਂ ਲੜ ਅੰਦਰ ਲਿਜਾ ਕੇ ਫਿਰ ਅੱਗੇ ਜਾ ਕੇ ਲੜ ਨੂੰ ਘੁਮਾ ਕੇ ਸੈਂਟਰ ਦੇ ਵਿੱਚ ਲੈ ਕੇ ਆਉਣਾ ਠੀਕ ਹੈ ਜਦੋਂ ਲੜ ਸੈਂਟਰ ਦੇ ਵਿੱਚ ਆ ਗਿਆ ਇੱਥੇ ਛੱਡ ਦੇਣਾ ਬਾਕੀ ਦੀ ਜਿਹੜੀ ਪੱਗ ਆਹ ਲੜ ਅਤੇ ਆਹ ਲੜ ਆਹ ਲੜ ਪਹਿਲਾਂ ਜੋ ਦਿੱਤਾ ਸੀ ਆਹ ਬਾਕੀ ਦੀ ਪੱਗ ਹੈਗੀ ਹੈ ਬੱਚੇ ਦੀ ਇਸ ਪੱਗ ਨੂੰ ਐਡਜਸਟ ਕਰ ਦੇਣਾ ਪਹਿਲਾ ਲੜ ਜਿਹੜਾ ਹੱਥ ਦੇ ਵਿੱਚ ਫੜਾਇਆ ਇਸ ਲੜ ਦੇ ਪਿੱਛੇ ਕਰਕੇ ਆਹ ਜਿਹੜਾ ਬਚਿਆ ਹੋਇਆ ਕੱਪੜਾ ਇਹਨੂੰ ਤੁਸੀਂ ਢੱਕ ਦੇ ਆਪਾਂ ਇਹ ਸਾਰੇ ਲੜ ਨੂੰ ਢੱਕ ਲਿਆ ਇਹਨੂੰ ਗਲਾਈ 'ਚ ਕਰ ਲੈਣਾ ਹੁਣ ਇਹ ਜਿਹੜੇ ਲੜ ਹੈਗੇ ਨੇ ਉਹ ਪਹਿਲਾ ਲੜ ਇਸ ਲੜ ਦੇ ਵਿੱਚ ਪਾ ਲਿਆ ਉੱਥੋਂ ਸਾਰੇ ਲੜਾਂ ਨੂੰ ਤੁਸੀਂ ਐਡਜਸਟ ਕਰ ਦੇਣਾ ਸਫਾਈ ਕਰਨੀ ਤੁਹਾਡੇ ਆਪਣੇ ਹੱਥ ਦੇ ਵਿੱਚ ਹੈ ਜੇ ਲੜਾਂ ਦੀ ਸਫਾਈ ਕਰਨੀ ਤੁਸੀਂ ਲੜਾਂ ਦੀ ਸਫਾਈ ਕਰ ਸਕਦੇ ਪਹਿਲਾਂ ਵੀ ਦੇਖਦੇ ਹੀ ਤੁਸੀਂ ਇੱਥੇ ਹੁਣ ਅੱਗੇ ਕਰਦੇ ਹਾਂ ਜੀ ਜੇ ਬੰਦੇ ਵੀ ਪੰਜ ਛੇ ਅੱਠ ਨੇ ਆ ਜੀ
ਪਾਰਟ ਹੈ ਇਹ ਤੁਰਲਾ ਲੱਗ ਗਿਆ ਇਹ ਤੁਰਲਾ ਚੋੜਾ ਕਰਨਾ ਪਹਿਲੇ ਹੀ ਚੋੜਾ ਹੋ ਜਾਣਾ ਤੁਰਲੇ ਦੀ ਅੱਧੀ ਸ਼ੇਪ ਆ ਜਾਣੀ ਇੱਕ ਤੱਕ ਉਸ ਤੋਂ ਬਾਅਦ ਆਪਣੇ ਤੁਸੀਂ ਖਾਸ ਇਸ ਜਗ੍ਹਾ ਦੇ ਮੁੜ ਕੇ ਇੱਧਰ ਲੈ ਤੂੰ ਇੱਥੇ ਤੱਕ ਹੁਣ ਲੜਦਾ ਸ਼ੇਪ ਆ ਚੁੱਕੀ ਆ ਆਹ ਲੜ ਅਤੇ ਆਹ ਲੜ ਪਹਿਲਾਂ ਆਪਣੇ ਸੱਜੇ ਹੱਥ ਪੱਗ ਉਹਨਾਂ ਨਾਲ ਜਿਹੜੀ ਪੱਗ ਬੰਨਦੇ ਆ ਉਹਦੇ ਖੱਬੇ ਹੱਥ ਵਾਲੇ ਪਾਸੇ ਆਹ ਚੀਜ਼ ਦਿੱਤੀ ਜਿਹੜੀ ਆਹ ਲੜ ਦੀ ਇੱਥੇ ਸਪੇਸ ਬਣੀ ਸੀਗੀ ਇਸ ਸਪੇਸ ਦੇ ਅੰਦਰ ਲੜਨ ਨੂੰ ਅੰਦਰ ਮਾਰਨ ਉਂਗਲ ਦੇ ਅੰਦਰ ਇਹਨੂੰ ਐਡਜਸਟ ਕਰਨ ਤੋਂ ਬਾਅਦ ਤੁਸੀਂ ਹੁਣ ਮੇਨ ਚੀਜ਼ ਇਸ ਚੀਜ਼ ਦੇ ਉੱਤੇ ਕਈ ਬੰਦੇ ਫਸਲੇ ਦੀ ਗਲਾਈ ਐਂ ਰੱਖਦੇ ਨੇ ਚੌੜਾ ਰੱਖਦੇ ਨੇ ਕਈ ਬੰਦੇ ਲੰਬਾ ਰੱਖਦੇ ਨੇ ਜੇ ਲੰਬਾ ਕਰਨਾ ਤਾਂ ਤੁਸੀਂ ਇਹਨਾਂ ਲੜਾਂ ਨੂੰ ਇੱਧਰ ਨੂੰ ਰੱਖ ਲੈਣਾ ਜੇ ਚੌੜਾ ਰੱਖਣਾ ਤਾਂ ਤੁਸੀਂ ਇੱਧਰ ਰੱਖਣਾ ਬਾਕੀ ਮੇਨਲੀ ਜਿਹੜਾ ਬੰਦੇ ਅਕੋਰਡਿੰਗ ਟੂ ਦੀ ਫੇਸ ਬੰਦੇ ਦੇ ਇਸ ਚੀਜ਼ ਤੋਂ ਦੀ ਪੱਗ ਦੀ ਜਿਹੜੀ ਸ਼ੇਪ ਹੈਗੀ ਆ ਇੱਥੋਂ ਦੀ ਅਤੇ ਆਹ ਲੜ ਜਿਹੜਾ ਹੈਗਾ ਇਸ ਲੜ ਤੋਂ ਦੀ ਇੱਦਾਂ ਐਡਜਸਟ ਹੋਣਾ ਚਾਹੀਦਾ ਮੇਨ ਹੁਣ ਆਹ ਜਿਹੜਾ ਹਿੱਸਾ ਬਣੇ ਇਹਨੂੰ ਤੁਸੀਂ ਅੰਦਰ ਕਰਕੇ ਐਡਜਸਟ ਕਰ ਦੇਣਾ ਆਹ ਜਿਹੜਾ ਲੜ ਹੈਗਾ ਆਹ ਜਿਹੜਾ ਲੜ ਲਾਇਆ ਸੀ ਆਪਾਂ ਅਖੀਰ ਵਾਲਾ ਲੜ ਜਿਹੜਾ ਅੰਦਰ ਪਾਇਆ ਇਹਦੇ ਵਿੱਚ ਦੇ ਦੇਣਾ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਤੁਹਾਨੂੰ ਕਿ ਇਸ ਲੜ ਤੋਂ ਵੀ ਹੀ ਸ਼ੇਪ ਲੈ ਕੇ ਜਾਣੀ ਆ ਅਤੇ ਇਹਨੂੰ ਆਹ ਜਿਹੜਾ ਲੜ ਬਚਿਆ ਬਾਕੀ ਦਾ ਇੱਥੇ ਆਪਣੇ ਹੱਥ ਦੇ ਉਂਗਲਾਂ ਦੇ ਨਾਲ ਐਡਜਸਟ ਕਰਦੇ ਨੇ ਇਹਦੇ ਵਿੱਚ ਇੱਥੋਂ ਵਲ ਪਾ ਦਿੰਦੇ ਇਹ ਜਿਹੜੇ ਵਲ ਹੈਗੇ ਨੇ ਇਹਨਾਂ ਵਲਾਂ ਨੂੰ ਤੁਸੀਂ ਇਸ ਲੜ ਦੇ ਅੰਦਰ ਦੇ ਦੇਣਾ ਫਿਰ ਦੁਆਰ ਤੋਂ ਪੱਗ ਦੇ ਜਿਹੜੇ ਵਲ ਹੈਗੇ ਨੇ ਉਹ ਸੈੱਟ ਕਰ ਦੇਣਾ ਹੁਣ ਤੁਸੀਂ ਅੱਗੇ ਦੀ ਦੇਖੋਗੇ ਪੱਗ ਦੀ ਤਕਰੀਬਨ ਸ਼ੇਪ ਜਿਹੜੀ ਹੈਗੀ ਆ ਉਹ ਬਣ ਚੁੱਕੀ ਹੈ ਮੇਨ ਹੁਣ ਜਿਹੜੇ ਦੋ ਚਾਰ ਲੜ ਹੈਗੇ ਨੇ ਉਹ ਤੁਸੀਂ ਆਪਣੇ ਹੱਥ ਦੀ ਮਦਦ ਨਾਲ ਸੈੱਟ ਕਰ ਰਹੇ ਹੋ ਇਹ ਜਿਹੜੇ ਲੜ ਨੇ ਇਹ ਉੱਚੇ ਉੱਠੇ ਦਿਖਦੇ ਨੇ ਇਹਨੂੰ ਪੱਟੀ ਦੀ ਮਦਦ ਨਾਲ ਸੈੱਟ ਕਰਦੇ ਨੇ ਜਿਹੜੀ ਪੱਟੀ ਹੈਗੀ ਆ ਪੱਟੀ ਦੇ ਕੱਪੜੇ ਨੂੰ ਅੰਦਰ ਕਰਕੇ ਗੋਟੇ ਵਾਲਾ ਪਾਸਾ ਉੱਪਰ ਲਿਆਉਣਾ ਇੱਥੋਂ ਦੀ ਲਿਆ ਕੇ ਪੱਟੀ ਨੂੰ ਗੋਲ ਫੜ ਕੇ ਆਹ ਜਿਹੜੇ ਲੜ ਹੈਗੇ ਨੇ ਇਹਨਾਂ ਨੂੰ ਇਸ ਪੱਟੀ ਦੇ ਅੰਦਰ ਕਰਕੇ ਇੱਥੇ ਫੜ ਅੱਖ ਤੇ ਠੀਕ ਆ ਥੋੜ੍ਹੀ ਜਿਹੀ ਹਲਕੀ ਠੀਕ ਆ ਬਾਈ ਬਹੁਤ ਠੀਕ ਆ ਹਾਂਜੀ ਹੱਥ ਤੋਂ ਪੱਗ ਚੱਕ ਕੇ ਇੱਥੋਂ ਇੱਧਰ